ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਂ ਅਸ਼ਨੀਤ ਕੌਰ ਹੈ। ਇਸ ਵੇਲੇ ਪੂਰੀ ਦੁਨੀਆ ਵਿੱਚ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਫੈਲੀ ਹੋਈ ਹੈ। ਮੌਤਾਂ ਦਾ ਅੰਕੜਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਪੂਰੀ ਮਨੁੱਖਤਾ ਸੰਕਟ ਵਿੱਚ ਹੈ। ਦੁਨੀਆ ਵਿੱਚ 6,65,000 ਲੋਕ ਇਸ ਬਿਮਾਰੀ ਨਾਲ ਪੀੜਿਤ ਹਨ। 31,000 ਮੌਤਾਂ ਹੋ ਚੁੱਕੀਆਂ ਹਨ। ਸੋ ਇਸ ਸੰਕਟ ਦੀ ਘੜੀ ਵਿੱਚ ਕੁਛ ਗੱਲਾਂ ਸਾਨੂੰ ਸੋਚਣ ਨੂੰ ਮਜਬੂਰ ਕਰਦੀਆਂ ਹਨ। ਕਿੱਧਰ ਗਏ ਸਾਡੇ ਆਧੁਨਿਕ ਹਥਿਆਰ, ਮਿਜ਼ਾਈਲਾਂ, ਹਵਾ ਨਾਲੋਂ ਵੀ ਤੇਜ਼ ਲੜਾਕੂ ਜਹਾਜ਼, ਪਲਾਸ਼ਿਨਾ ਵਿੱਚ ਦੇਸ਼ਾਂ ਨੂੰ ਤਹਿਸ ਨਹਿਸ ਕਰਨ ਵਾਲੇ ਬੰਬ, ਵੱਡੀਆਂ ਤੋਂ ਵੱਡੀਆਂ ਫੌਜਾਂ ਵਾਲੇ ਦੇਸ਼ ਅੰਦਰ ਵੜੇ ਬੈਠੇ ਹਨ। ਕੁਦਰਤ ਨੇ ਸਾਨੂੰ ਸਾਡੀ ਔਕਾਤ ਦਿਖਾ ਦਿੱਤੀ ਹੈ। ਮਨੁੱਖ ਕੁਦਰਤ ਨੂੰ ਕਿੰਨਾ ਭੁੱਲ ਗਿਆ ਸੀ ਸਾਡੇ ਸਾਹਮਣੇ ਆ ਗਿਆ ਹੈ। ਅਸੀਂ ਬੜਾ ਉੱਚਾ ਉੱਡ ਰਹੇ ਸਾਂ, ਕੀ ਵੱਡਾ ਤੇ ਕੀ ਛੋਟਾ, ਪੈਸੇ ਦੀ ਅੰਨੀ ਦੌੜ ਵਿੱਚ ਭੇਡਾਂ ਵਾਂਗੂ ਭੱਜੇ ਫਿਰਦੇ ਸਾਂ। ਅਸੀਂ ਕੁਦਰਤ ਦੇ ਅਸੂਲਾਂ ਨੂੰ ਅਣਗੌਲਿਆ ਕੀਤਾ ਹੋਇਆ ਸੀ। ਮਨੁੱਖ ਨੇ ਕੁਦਰਤ ਦੇ ਵਸੀਲਿਆਂ ਦੀ ਬਹੁਤ ਦੁਰਵਰਤਾ ਕੀਤੀ ਹੈ। ਪਾਣੀ, ਰੁੱਖ, ਹਵਾ, ਮਿੱਟੀ, ਨਦੀਆਂ ਅਤੇ ਪਹਾੜਾਂ ਦਾ ਸਤਿਕਾਰ ਭੁਲਾਈ ਬੈਠੇ ਸਾਂ। ਬਿਜ਼ਨਸ, ਮਾਰਕੀਟ, ਸ਼ੇਅਰ, ਟਾਰਗੇਟ, ਲੋਨ, ਫੇਸਬੁੱਕ, ਵਟਸਐਪ, ਰਾਜਨੀਤਿਕ ਤੋਰ ਮਨੋੜ, ਹਿੰਦੂ ਮੁਸਲਿਮ, ਦੂਸ਼ਣਬਾਜ਼ੀ, ਦੰਗੇ ਫਸਾਦ, ਕੱਟੜਤਾ, ਪਖੰਡਬਾਜ਼ ਦੀ ਆਪਾ ਤਾਪੀ ਵਿੱਚ ਉਲਝੇ ਹੋਏ ਸੀ। ਪਰ ਇੱਕ ਝਟਕੇ ਵਿੱਚ ਹੀ ਸਭ ਕੁਛ ਬਦਲ ਕੇ ਰੱਖ ਦਿੱਤਾ ਹੈ ਇੱਕ ਛੋਟੇ ਜਿਹੇ ਵਾਇਰਸ ਨੇ, ਤੇ ਦਿਖਾ ਦਿੱਤਾ ਪੂਰੀ ਦੁਨੀਆ ਨੂੰ ਕੀ ਹਸਤੀ ਹੈ ਸਾਡੀ। ਬੜੇ ਮਚਲੇ ਫਿਰਦੇ ਸੀ ਅਸੀਂ ਅਤੇ ਆਪਣੇ ਆਪ ਨੂੰ ਅਸਾਧਾਰਨ ਮੰਨਣ ਲੱਗ ਪਏ ਸੀ। ਸਾਨੂੰ ਪਤਾ ਲੱਗ ਗਿਆ ਕਿ ਅਸੀਂ ਉਸ ਕੁਦਰਤ ਅੱਗੇ ਬਹੁਤ ਸਧਾਰਨ ਜੀਵ ਹਾਂ। ਸਾਡੀ ਔਕਾਤ ਸੱਚਮੁੱਚ ਹੀ ਪਾਣੀ ਦੇ ਬੁਲਬਲੇ ਵਾਲੀ ਹੈ। ਸਮੁੱਚੀ ਪ੍ਰਕਿਰਤੀ ਵਿੱਚ ਸਾਡੀ ਹੋਂਦ ਰੇਤ ਦੇ ਇੱਕ ਕਿਣਕੇ ਵਰਗੀ ਹੈ। ਅਸੀਂ ਇੱਕ ਦੂਜੇ ਨੂੰ ਮਿਟਾਉਣ ਲਈ ਬੇਸ਼ੱਕ ਮਾਰੂ ਹਥਿਆਰ ਬਣਾਏ ਸਾਂ, ਪਰ ਇਸ ਨਿੱਕੇ ਜਿਹੇ ਵਾਇਰਸ ਅੱਗੇ ਅਸੀਂ ਗੋਡੇ ਟੇਕ ਦਿੱਤੇ ਸਾਂ, ਜਿਸ ਨੇ ਸਾਨੂੰ ਘਰਾਂ ਵਿੱਚ ਬੰਦ ਹੋਣ ਲਈ ਮਜਬੂਰ ਕਰ ਦਿੱਤਾ ਹੈ। ਅਰਬਾਂ ਖਰਬਾਂ ਰੁਪਏ ਖਰਚ ਕੇ ਬਣਾਏ ਹਥਿਆਰ ਸਾਡੇ ਕਿਸੇ ਕੰਮ ਨਹੀਂ ਆਏ। ਇਹਨਾਂ ਹਥਿਆਰਾਂ ਦੀ ਥਾਂ ਜੇ ਅਸੀਂ ਸਿਹਤ ਸਹੂਲਤਾਂ ਵਿਕਸਿਤ ਕੀਤੀਆਂ ਹੁੰਦੀਆਂ ਤਾਂ ਸਾਡੀ ਜਾਨ ਕੁਛ ਸੌਖੀ ਹੋਣੀ ਸੀ, ਤੇ ਅਸੀਂ ਇਸ ਵਾਇਰਸ ਦਾ ਟਾਕਰਾ ਕੁਛ ਚੰਗੇ ਤਰੀਕੇ ਨਾਲ ਕਰ ਸਕਦੇ ਸੀ। ਅਜੋਕੇ ਯੁੱਗ ਵਿੱਚ ਡਾਕਟਰੀ ਸਹੂਲਤਾਂ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਸੀ, ਕਿਉਂਕਿ ਭਵਿੱਖ ਵਿੱਚ ਵੀ ਇਹੋ ਜਿਹੇ ਵਾਇਰਸ ਪੈਦਾ ਹੁੰਦੇ ਰਹਿਣਗੇ ਅਤੇ ਮਨੁੱਖ ਜਾਤੀ 'ਤੇ ਹਮਲਾ ਹੁੰਦਾ ਰਹੇਗਾ। ਅਸੀਂ ਕੁਦਰਤ ਨੂੰ ਬਿਲਕੁਲ ਵਸਾਰੀ ਬੈਠੇ ਹਾਂ। ਚੜ੍ਹਦਾ ਚੰਦ, ਡੁੱਬਦਾ ਸੂਰਜ, ਤਾਰਿਆਂ ਦੀ ਲੋ, ਬੱਦਲਾਂ ਦੀ ਉਡਾਨ, ਹਵਾਵਾਂ ਦੀ ਮਹਿਕ, ਸ਼ਾਇਦ ਹੀ ਅਸੀਂ ਕਦੇ ਮਹਿਸੂਸ ਕੀਤੀ ਹੋਵੇ। ਆਓ ਸਾਰੇ ਆਪਾਂ ਆਪਣੇ ਆਪ ਨੂੰ ਰੀਸੈਟ ਕਰੀਏ, ਕੁਦਰਤ ਨੂੰ ਸਮਝੀਏ, ਪੂਰੀ ਮਨੁੱਖਤਾ ਦੀ ਇਲਾਜ ਦੀ ਸੋਚੀਏ। ਜਿਹੜੇ ਲੋਕ ਕਹਿੰਦੇ ਸਨ ਸੋਚਣ ਵਿਚਾਰ ਲਈ ਸਮਾਂ ਨਹੀਂ ਮਿਲਦਾ, ਹੁਣ ਬੈਠ ਕੇ ਚੰਗੀ ਤਰ੍ਹਾਂ ਸੋਚ ਲਓ ਆਪਣੇ ਬਾਰੇ, ਆਪਣਿਆਂ ਬਾਰੇ ਅਤੇ ਆਪਣੇ ਆਲੇ ਦੁਆਲੇ ਬਾਰੇ। ਔਖੇ ਸੌਖੇ ਵੇਲੇ ਅਕਸਰ ਗੁਜ਼ਰ ਜਾਂਦੇ ਹਨ, ਇਹ ਸਮਾਂ ਵੀ ਹੌਲੀ ਹੌਲੀ ਗੁਜ਼ਰ ਜਾਵੇਗਾ, ਪਰ ਸਾਨੂੰ ਬਹੁਤ ਕੁਛ ਸਿਖਾ ਜਾਵੇਗਾ। ਸਾਨੂੰ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨੀ ਸਿਖਾ ਜਾਵੇਗਾ। ਹਥਿਆਰਾਂ ਦੀ ਅੰਨੀ ਦੌੜ ਦੇ ਮਗਰ ਨਾ ਜਾਣ ਦਾ ਵੀ ਸੁਨੇਹਾ ਦੇਵੇਗਾ। ਸਿਹਤ ਸਹੂਲਤਾਂ ਬਾਰੇ ਖੋਜਾਂ ਕਰਨ ਦਾ ਸੁਨੇਹਾ ਦੇਵੇਗਾ, ਤੇ ਸਾਨੂੰ ਹੁਣ ਸਾਂਝੇ ਤੌਰ ਤੇ ਮਨੁੱਖਤਾ ਨੂੰ ਬਚਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਸਿਹਤ ਮੰਤਰਾਲੇ ਦੀਆਂ ਸਿਫਾਰਿਸ਼ਾਂ ਨੂੰ ਮੰਨੋ, ਘਰਾਂ ਵਿੱਚ ਬੈਠ ਕੇ ਇਸ ਕੋਰੋਨਾ ਵਾਇਰਸ ਤੋਂ ਆਪਣਾ ਬਚਾਅ ਕਰੋ, ਆਪਣੇ ਨੇੜੇ ਕੋਈ ਮਨੁੱਖ ਭੁੱਖਾ ਨਾ ਰਹੇ, ਇਹ ਵੀ ਧਿਆਨ ਰੱਖਿਓ। ਇਸ ਵੀਡੀਓ ਬਾਰੇ ਤੁਹਾਡੇ ਕਮੈਂਟਸ ਦਾ ਇੰਤਜ਼ਾਰ ਰਹੇਗਾ। ਧੰਨਵਾਦ।